कुड़े दे दो चाह दी घुट कादी बैठे सिर फुटन लग्या पेगा क्यों रौला पाया ते नी भैने पता नहीं केड़े खल खूंजे बड़िया ने चाह दी घुट नहीं लेके आउंदिया है तेन पता तो है एक तो उ ब्लड बधाई रख दिया ने मेरा चल वधिया मैं भी चाह दी घुट पी के चल जाम आज ता जामे तू होर कै दिन ता हो गए मेनू आई नू लै कुड़े तू दो दिन होर रही लै मम्मी उई चिकन लग जानी है नहीं कोई ना देख ठंडी पई है चाह तत्ती कर ले चल तेरी मासी दे दे नाले चल कोई ना जे नहीं बनाई हुई होर बना ली बह जा दो मिनट मासी कड़े कितने जान लग रही है बना देने कोई ना पुत अज ता मैं जाना है क्यों होर कै दिन ता हो गए आई नू मेनू घरे भी मेरा काम खराब हुंदा मेरी गल सुन भैने देख तू चार दिन होर रह मेरे कोले नाले आई ता कोई हल कर जा मासी केरल स्कीम तक कम आई नहीं हैगी ओ तो तू कहंदी सी जे आ स्कीम ना चली तो मैं कोई होर सोचूंगी ना तो तुसी मेरी राय मान दियोगीया तेरी की राय मान रही है मम्मी मेरी गल सुन गला घोट के मार दे होर कोई हल नहीं हैगा हाय बे रब्बा जरूरी मरिया सप गल पाउणेगा ले ता ए कहंदी है के गल घोट के मार दे नु सारी उम्र नहीं छुट्टेंगी जेल च पै जाएंगी फिर की करेंगी ले किसी नूं की पता लगदा वी आपां मारे मासी कहो जिहियां गल्लां करदियां नी वीर डाक्टरियां डूक्टरियां ओदी करा लैंदे ने ओदी पता लग जांदा फिर हिस्सा दे दे जे घरों कढ़नी होर कोई हल नहीं हैगा नी बिठाई रखो नूं मैं तां इहदे उम्मीद लाई थी मैं कोई ना कोई हल करूगी ए तो भी नहीं कोई हल होया मसले हुण जाण नूं तैयार फिर हुण मैं करां भी की ओहदा भाई तां इन्ना तेज आ ओहदा पैर ते पाणी नहीं पैण दिंदा हैगा गलती तां तेरी भी है ते जरूरी दसना सी भी 45 साल दा हो पर अम्मा घरों लैंदी मम्मी तू तो मासी दी गलती कड़ती अखे दस दी ना ना ब्याह दिन ना नू पता लगदा वी मुंडे दी उम्र किन्नी बड़ी है नहीं जे ब्याह दिन पता लगदा ते लगी जांदा नाले अजकल सौ कुछ चल रहा है आ रंग रुंग जा दाड़ी ते ला के ओदी आ जांदे ने कौन देखदा हैगा नाले पुत मेरी गल सुन जे इहदा ब्याह हो जाए तेरा ही फायदा है किथे तां जिहड़ी इह हिस्सा मंगदी आ उह तेरे नूं करावां मैं दो खुड ਭੈਣ ਤੂੰ ਆ ਕਹਿ ਜੀਆਂ ਗੱਲਾਂ ਕਰੀ ਜਾਂਦੇ ਆ ਆਪਾਂ ਜ਼ਮੀਨ ਥੋੜੀ ਉਹਨੂੰ ਜਾਣ ਦਵਾਂਗੇ ਆਪਣੀ ਕੁੜੀ ਦੇ ਨੌਏ ਕਰਾਵਾਂਗੇ ਮਾਸੀ ਜ਼ਮੀਨ ਵੀ ਤਾਂ ਮੇਰੇ ਹਿੱਸੇ ਤਾਂ ਹੀ ਆਊਗੀ ਜੇ ਇਹ ਨਿਕਲੂਗੀ ਘਰੋਂ ਨਾ ਉਹ ਮੁੰਡਾ ਤਾਂ ਚੱਲ ਛੱਡ ਹੋਰ ਮੁੰਡੇ ਹੈ ਨਹੀਂ ਦੁਨੀਆ ਤੇ ਤੂੰ ਤਾਂ ਇੰਨੇ ਰਿਸ਼ਤੇ ਕਰਾਉਣੇ ਮਾਸੀ ਕੋਈ ਨਾ ਕੋਈ ਹੋਰ ਹੋਊਗਾ ਹੀ ਪੁੱਤ ਮੁੰਡੇ ਤਾਂ ਬਥੇਰੇ ਨੇ ਪਰ ਤੈਨੂੰ ਪਤਾ ਸਾਰੇ ਕਿਸੇ ਦੀ ਘਰ ਵਾਲੀ ਮਰੀ ਹੋਈ ਆ ਕਿਸੇ ਦਾ ਛੱਡ ਛੜੀਆ ਹੋਇਆ ਹੋਇਆ ਪਰ ਇਹਦਾ ਭਾਈ ਯਾਰ ਇਹਦੀ ਮਾਂ ਕਹਿ ਦੇਣਗੇ ਵੀ ਹਾਂ ਅਸੀਂ ਕਰ ਦਾਂਗੇ ਇਹ ਤਾਂ ਕੁਵਾਰਾ ਮੁੰਡਾ ਭਾਲਦੇ ਨੇ ਨੀ ਛੱਡ ਛਡਾਈ ਵਾਲਾ ਕਿਸੇ ਦੀ ਮਰੀ ਹੋਈ ਆ ਇਹੀ ਜਾ ਲਊਗਾ ਇਹਨੂੰ ਹੋਰ ਇਹਨੂੰ ਕੁਵਾਰਾ ਕੌਣ ਲਊਗਾ ਪਹਿਲਾਂ ਇਹਨੂੰ ਤਾਂ ਉਮਰ ਤੱਕ ਮਤਲਬ ਹੈ ਮਾਸੀ ਇਹ ਉਹ ਨਹੀਂ ਕਰਦੇ ਛੱਡੇ ਹੋਏ ਦੇ ਨਹੀਂ ਕਰਦੇ ਤੂੰ ਦੇਖ ਲਈ ਉਮਰ ਛੋਟੀ ਹੋਵੇ ਕਰ ਦੇਣਗੇ ਹਾਂ ਚੱਲ ਭਾਈ ਦੇਖ ਲੂੰਗੀ ਜੇ ਮੇਰੀ ਕੋਈ ਨਿਗਾਹ ਚ ਹੋਇਆ ਪਰ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਉਹ ਕਹੇ ਤੇ ਕਰ ਦੇਣਗੇ ਕੋਈ ਨਾ ਤੂੰ ਮੁੰਡਾ ਭਾਲ ਮਾਸੀ ਕਰਨਾ ਨਾ ਕਰਾਉਣਾ ਸਾਡੇ ਤੇ ਛੱਡ ਦੇ ਹੋਰ ਕੀ ਹੈ ਕਿਸੇ ਲੋੜ ਤਾਂ ਮਗਰੋਂ ਲਹੇ ਤੜਕੀ ਸੁੱਤੀ ਉੜਦੀ ਮੱਥੇ ਲੱਗਦੀ ਹੈ ਤੈਨੂੰ ਕੀ ਪਤਾ ਹੈ ਤੈਨੂੰ ਕੀ ਪਤਾ ਮੈਂ ਕਿਵੇਂ ਜਰਦੀ ਹਾਂ ਇਹਨੂੰ ਰੇ ਪਈ ਨੂੰ ਸਾਰਾ ਦਿਨ ਮਾਵਾਂ ਤੀਆਂ ਖਾਣ ਤੋਂ ਬਿਨਾਂ ਕੋਈ ਗੱਲ ਨਹੀਂ ਤੜਕੀ ਸੁੱਤੀ ਉੜਦੀ ਹੈ ਪਲੇਟ ਪਰੋਸ ਕੇ ਉਹਨੂੰ ਫੜਾ ਦੂਗੀ ਕੁੜੀ ਨੇ ਸਕੂਲ ਜਾਣਾ ਨਾ ਮੈਨੂੰ ਐਂ ਦੱਸ ਚੰਗਾ ਪਹਿਲਾਂ ਸਕੂਲ 'ਚੋਂ ਮਿੱਡੇ ਮੀਲ ਵਾਲੇ ਖਾਣਾ ਦਿੰਦੇ ਨੇ ਸੌ ਕੁਛ ਖਵਾਉਂਦੇ ਨੇ ਬਾਂਦ ਪਤੇਲਾ ਵੀ ਇਹਨੂੰ ਇੱਥੇ ਖਵਾਉਣਾ ਜ਼ਰੂਰੀ ਹੈ ਤੜਕੀ ਬਹਿ ਜੂਗੀ ਲੈ ਕੇ ਉਹਨੂੰ ਬਸ ਮੰਮੀ ਉਹਦੇ ਕਾਹਨੂੰ ਲੰਘਦਾ ਮਿੱਡੇ ਮੀਲ ਵਾਲਾ ਖਾਣਾ ਉਹ ਤਾਂ ਘਰ ਦਾ ਦੁੱਧ ਦਹੀਂ ਭਾਲਦੀ ਆ ਇਸ ਹਿਸਾਬ ਨਾਲ ਤਾਂ ਮੈਂ ਭਾਈ ਉਰੇ ਸਾਰੀ ਉਮਰ ਬੈਠੀ ਰਹੂੰਗੀ ਉਹਨੇ ਵਿਆਹ ਕਰਾਉਣਾ ਨਹੀਂ ਮੈਂ ਮੇਰੇ ਤੋਂ ਆਪਣੇ ਘਰ ਨਹੀਂ ਜਾ ਹੋਊਗਾ ਮਾਸੀ ਤੂੰ ਤਾਂ ਪਹਿਲੇ ਪੈਰ ਛੱਡੀਆਂ ਨਹੀਂ ਆ ਕੋਈ ਨਾ ਜੇ ਆਹ ਸਕੀਮ ਨਹੀਂ ਕੰਮ ਕੀਤੀ ਨਾ ਆਪਾਂ ਕੁਛ ਹੋਰ ਸੋਚਦੇ ਹਾਂ ਪਰ ਬਾਲਾ ਟਾਈਮ ਨਹੀਂ ਆਪਾਂ ਨੂੰ ਘਰੇ ਰੱਖ ਦੇ ਕੱਢੀ ਲੈ ਤਾਂ ਘਰੋਂ ਨਹੀਂ ਹੁਣ ਤੂੰ ਉਰੇ ਗੱਲਾਂ ਮਾਰੀ ਜਾਵੇਂਗੀ ਆ ਤੇਰੀ ਮਾਸੀ ਨੂੰ ਜ਼ਿਆਦਾ ਹੀ ਕੁੱਟ ਲਿਆ ਦੇ ਨਾਲੇ ਮੇਰੀ ਗੱਲ ਸੁਣ ਉਹਨੂੰ ਸੁਨੇਹਾ ਲਾ ਦੇ ਉਹ ਮੁੰਡਾ ਹੁਣ ਟਿਫਨ ਲੈਣ ਆਊਗਾ ਜਦੋਂ ਕਹਦੇ ਉਹ 2000 ਰੁਪਇਆ ਮੰਗਾ ਲੂਗੀ ਉਹ ਤੋਂ ਇਹ ਵੀ ਕਹਿ ਦਿੰਦੀ ਆ ਤੇ ਨਾਲੇ ਮੈਂ ਕਿਉਂ ਚਾਹ ਬਣਾਵਾਂ ਉਹਨੂੰ ਬੇਲੀ ਬਿਠਾ ਕੇ ਰੱਖਾਂ ਘਰੇ ਆਪੇ ਬਣਾਊਗੀ ਚਾਹ ਨੀ ਕਹਦੇ ਉਹ ਬਣਾ ਦੂਗੀ ਚਾਹ ਨਾਲੇ ਮੈਨੂੰ ਲਿਆਦੀ ਕੁੱਟਾ ਤਾਂ ਠੰਡੀ ਪਈ ਦੀ ਤੂੰ ਵੀ ਬਾਰੀ ਬਾਰੀ ਚਾਹ ਹੀ ਭਲੀ ਜਾਂਦੀ ਹੈ ਨੀ ਫੇਰ ਕੀ ਹੋ ਗਿਆ ਕੁੱਟ ਚਾਹ ਦੀ ਹੋਇਆ ਹੈ ਇਹ ਚੱਲ ਤੂੰ ਵੀ ਨਾ ਇੰਨਾ ਬੋਲੀ ਜਾ ਕਰ ਕੁੜੀ ਤਾਂ ਆਪ ਦੁਖੀ ਆ ਨੀ ਕੀ ਕਰਾਂ ਭੈਣੇ ਮੇਰਾ ਤਾਂ ਦੇਖ ਦੇਖ ਹੀ ਬਲੱਡ ਵਧੀ ਜਾਂਦਾ ਬਲੱਡ ਤਾਂ ਵਧਣਾ ਹੀ ਆ ਆਹ ਜਦ ਇੱਥੇ ਮਾੜੇ ਕਰਮ ਵਾਲੀ ਤੁਹਾਡੇ ਪੱਲੇ ਪਈ ਹੋਈ ਆ ਭਾਬੀ ਹਾਂਜੀ ਉਰੇ ਆ ਹਾਂਜੀ ਦੀਦੀ ਬਣ ਗਈ ਦਾਲ ਦਾਲ ਰੱਖ ਰੱਖੀ ਹੈ ਬਸ ਕਾਹਦੀ ਬਣਾਈ ਹੈ ਮੈਂ ਕਾਲੇ ਛੋਲੇ ਬਣਾਏ ਸੀਗੇ ਅੱਛਾ ਤੇ ਕਿੰਨੇ ਵਜੇ ਦਾ ਟਾਈਮ ਦਿੱਤਾ ਉਹਨਾਂ ਨੂੰ ਤੂੰ ਕਿਹਨਾਂ ਨੂੰ ਉਹ ਟਿਫਨ ਵਾਲੇ ਜਿਹੜੇ ਫੜਨ ਆਉਂਦੇ ਹੁੰਦੇ ਆ ਮੈਂ ਉਹਨਾਂ ਨੂੰ ਕੱਲ੍ਹ ਕਹਿ ਦਿੱਤਾ ਸੀ ਮੈਂ ਕਿਹਾ ਤੁਸੀਂ ਇੰਨੀ ਜਲਦੀ ਨਾ ਆਇਓ 12 ਕੁ ਵਜੇ ਤੱਕ ਆ ਜਾਓ ਸ਼ਾਇਦ 12 ਕੁ ਵਜੇ ਤੱਕ ਆ ਜਾਣਗੇ ਚੱਲ ਠੀਕ ਆ ਆਪਦੇ ਭਾਈ ਨੂੰ ਫੋਨ ਕਰਕੇ ਐਂ ਕਹਿ ਦੇ ਵੀ 2000 ਰੁਪਏ ਭੇਜ ਦੂਗਾ
तेनू पता जिन्हों तो सुक्या दालां लैके आए सी उन्हां दे पैसे देने आ। हाँ जी कोई ना कह दिंदी आ दीदी। हाँ कह दे ते जे ना लैके आए फिर टिफिन ना फड़ाई, मम्मी बोल दिया बई। दीदी टिफिन तो फिर फड़ाना ही पऊगा हुण जदों उन्होंने अपने तो आस रखी है, नहीं वो किसी होर नूं कह दिंदे फिर। ते जे टिफिन फड़ाना पऊगा फिर पैसे भी तो लैने आ कि फ्री का खाना खवाई जाणा उन्हां नूं। दीदी उन्होंने कल कहा था सीगा भी एक दो दिन काम स्टार्ट करो फिर असीं पैसे दे दांगे। उह तां इं करी जाणगे एक दो दिन उन्होंने कहा पैसे दो फिर टिफिन मिलिया करूगा, आए हो महीना टिफिन खा लैन ते पैसे देन ना। कोई ना दीदी कह दूंगी मैं। आहो कह दी। ते मेरी गल सुन, मासी वास्ते ना चाह बना दे। चाह तुसी बना लैंदे, मैं आटा गुंदी सीगी फिर उदों नूं रोटी बननी नहीं लेट हो जांगी। कोई ना हाले डेढ़ घंटा पिया, चुप करके ना पहले चाह बना दे, आटा गुन्नन नूं घंटा नहीं लगना, 10 मिंट दा काम है, कोई काम तो टलदी रहनी है। पैसे कहिंदी ने असीं आप रखांगे टिफिन वाले, काम मेरे ना करा के राजी नहीं। ਲਾਪ੍ਰੀਤ ਆ ਹੁਣ ਤੂੰ ਕੱਪੜੇ ਧੋਣ ਲੱਗੀ, ਰੋਟੀ ਬਣਾ ਲਈ? ਹਾਂਜੀ ਰੋਟੀ ਤਾਂ ਬਣੀ ਪਈ ਆ, ਬਸ ਉਹ ਆਉਂਦੀ ਹੋਣਗੇ, ਕੱਲ 12 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੂੰ। ਚੱਲ ਠੀਕ ਆ, ਰੋਟੀ ਪਾ ਕੇ ਤਾਂ ਦੇ ਦਿੰਦੀ ਕਿਸੇ ਨੂੰ ਖਾਣ ਨੂੰ, ਪਹਿਲਾਂ ਹੀ ਕੱਪੜਿਆਂ ਨੂੰ ਲੱਗ ਗਈ ਆ ਕੇ। ਮਾਸੀ ਜੀ 12 ਵਜੇ ਪਏ ਆ, ਮੈਂ ਉਹਨਾਂ ਨੂੰ ਦੋਹਾਂ ਨੂੰ ਵੀ ਰੋਟੀ ਆਪ ਆ ਕੇ ਫੜਾਈ ਹੈ, ਘੱਟੋ ਘੱਟ ਤੁਸੀਂ ਤਾਂ ਪਾ ਕੇ ਖਾ ਹੀ ਸਕਦੇ ਹੋ ਨਾ। ਚੱਲ ਠੀਕ ਆ, ਜ਼ਿਆਦਾ ਨਾ ਬੋਲ, ਨਾਲੇ ਤੈਨੂੰ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਉਰੇ ਬੈਠੀ ਨੂੰ? ਕਿਉਂ ਸ਼ਰਮ ਕਾਤੋਂ ਆਊਗੀ ਮੈਨੂੰ? ਕਹਿੰਦੀ ਕਿ ਮੇਰਾ ਘਰ ਹੈ, ਮੈਂ ਕਿਹੜਾ ਬਗਾਨੇ ਘਰ 'ਚ ਬੈਠੀ ਆ। ਅੱਛਾ ਤੈਨੂੰ ਮਾੜਾ ਮੋਟਾ ਐ ਹੋਣਾ ਚਾਹੀਦਾ ਵੀ ਮੇਰਾ ਤਾਂ ਇੱਕ ਵੀ ਖਸਮ ਨਹੀਂ ਰਿਹਾ ਹੈਗਾ, ਦੋ ਤੀਗੇ ਵੀ ਉਰੇ ਬੈਠ ਕੇ ਮੈਂ ਕੀ ਕਰਨਾ ਚਲੇ ਜਾਵਾਂ, ਨਾ ਤੇਰੀ ਮਾਂ ਮੰਨੇ ਨਾ ਤੇਰਾ ਭਾਈ ਮੰਨੇ। ਮੇਰੀ ਭੈਣ ਤਾਂ ਕਹਿੰਦੀ ਹੈ ਮੈਂ ਆਪ ਵਿਆਹ ਕੇ ਤੋਰ ਦੂੰ, ਦੱਸ ਤੇਰੀ ਨਾ ਮਾਂ ਮੰਨਦੀ ਹੈ ਨਾ ਭਾਈ ਮੰਨਦਾ, ਹੁਣ ਉਹ ਦੱਸ ਕਿਹੜੇ ਖੂਹ 'ਚ ਗਿਰੇ। ਚਾਹੇ ਕੁਛ ਮਰਜ਼ੀ ਹੈ ਆਪਣੇ ਘਰੇ ਤਾਂ ਬੈਠੀ ਆ ਨਾ, ਤੁਹਾਡੇ ਵਾਂਗੂ ਤੀਜੀ ਥਾਂ ਤੇ ਜਾ ਕੇ ਪ੍ਰਧਾਨਗੀ ਨਹੀਂ ਘੁੱਟਦੀ ਮੈਂ। ਅੱਛਾ ਮੇਰੀ ਭੈਣ ਦਾ ਘਰ ਆ ਇਹ ਜਿਹਨੂੰ ਤੀਜੀ ਜਗ੍ਹਾ ਦੱਸਦੀ ਆ? ਤੁਹਾਡੀ ਭੈਣ ਦਾ ਘਰ ਤੇ ਮੇਰੇ ਘਰ ਵਾਲੇ ਦਾ ਘਰ ਆ ਇਹ? ਨਾ ਘਰ ਵਾਲਾ ਤਾਂ ਤੇਰਾ ਰਿਹਾ ਵੀ ਨਹੀਂ, ਜਿਹੜਾ ਤੂੰ ਕਹਿਣੀ ਆ ਵੀ ਉਹਦਾ ਘਰ ਆ, ਹੁਣ ਕਾਹਦਾ ਘਰ ਰਹਿ ਗਿਆ, ਇਹ ਤਾਂ ਕੁੜੀ ਦਾ ਘਰ ਆ। ਹੁਣ ਧੀ ਤਾਂ ਹੈਗੀ ਆ ਮੇਰੀ ਜਿਉਂਦੀ, ਉਹਦਾ ਵੀ ਘਰ ਆ ਇਹ, ਆਪਦੀ ਧੀ ਦੇ ਆਸਰੇ ਜਿਉਂਦੀ ਆ ਮੈਂ। ਬਸ ਕਰ ਇੰਨੀ ਆਸਾ ਨਾ ਲਾ ਭਾਈ, ਕਿਉਂ ਤੂੰ ਮੇਰੀ ਭੈਣ ਨੂੰ ਦੁਖੀ ਕਰਨ ਲੱਗੀ ਆ, ਕਰਾ ਲਾ ਕਿਤੇ ਉਹਦਾ ਖਹਿੜਾ ਛੱਡ ਦੇ। ਪਹਿਲੀ ਗੱਲ ਤਾਂ ਮੈਂ ਕਿਤੇ ਵਿਆਹ ਕਰਾਉਣਾ ਨਹੀਂ, ਦੂਜੀ ਗੱਲ ਜੇ ਕਰਾਉਣਾ ਵੀ ਹੋਇਆ ਤਾਂ ਮੈਂ ਉਹਦੇ ਨਾਲ ਨਹੀਂ ਕਰਾਉਂਦੀ ਜਿੱਥੇ ਤੁਸੀਂ ਮੇਰਾ ਕਰਵਾਓਗੇ ਆਪ। ਤੁਸੀਂ ਕੀ ਚਾਹੁੰਦੇ ਹੋ, ਨਿਆਣੀ ਉਮਰ ਹੈ ਮੇਰੀ, ਮੈਂ ਐਡੇ ਵੱਡੇ ਬੰਦੇ ਨਾਲ ਵਿਆਹ ਕਰਵਾ ਲਵਾਂ? ਫਿਰ ਆਪਣੀ ਮਾਂ ਨੂੰ ਕਹਿ ਦੇ, ਆਪਣੇ ਭਾਈ ਨੂੰ ਕਹਿ ਦੇ, ਕੋਈ ਦੇਖ ਕੇ ਟਿਕਾਣਾ ਕਰ ਦੇਣਗੇ, ਅਸੀਂ ਉਹ ਫੂਕ ਦਾਂਗੇ। ਕਿਉਂ ਤੁਸੀਂ ਮੇਰਾ ਦਿਮਾਗ ਖਰਾਬ ਕਰਦੇ ਹੋ, ਕੰਮ ਕਰ ਲੈਣ ਦਿਓ ਮੈਨੂੰ। ਕਿੱਥੇ ਨੇ ਦੁਖੀ ਕਰਿਆ, ਮੈਂ ਵੀ ਆਪਣੇ ਘਰੇ ਜਾਣਾ, ਉਹ ਮੇਰੀ ਭੈਣ ਨਹੀਂ ਮੈਨੂੰ ਜਾਣ ਦੇ। ਜਾਓ, ਉਹ ਸ਼ੁਭ ਘੜੀ ਕਦੋਂ ਆਊਗੀ ਜਦੋਂ ਤੁਸੀਂ ਆਪਦੇ ਘਰੇ ਜਾਓਗੇ? ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਮੈਂ ਜਾਵਾਂ, ਤੈਨੂੰ ਤੋਰ ਕੇ ਜਾਊਂਗੀ। ਤੋਰ ਕੇ ਜਾਊਂਗੀ, ਜ਼ਿਆਦਾ ਹੀ ਜਵਾਨ ਲੜਾਈ ਜਾਂਦੀ ਆ, ਪਤਾ ਨਹੀਂ ਕਦ ਖਹਿੜਾ ਛੁੱਟੂ ਇਹ ਤੋਂ। ਛੱਜ ਤਾਂ ਬੋਲੇ ਆ ਕਿ ਛਾਲਣੀ ਵੀ ਬੋਲੇ। ਸੱਜਣਾ ਦਾ ਘਰ ਆ ਗਿਆ, ਮੱਥਾ ਟੇਕ ਦੀਏ ਕਿਰਾ। ਲੈ ਲੈ ਲੈ, ਉਹ ਇੱਕ ਮੰਦਰ ਗੁਰਦੁਆਰਾ ਜਿਹੜਾ ਮੱਥਾ ਟੇਕਣ ਲੱਗ ਰਿਹਾ ਤੂੰ? ਉਹ ਮੈਨੂੰ ਜੀ ਐਂ ਭਰੇਖਾ ਪੈ ਗਿਆ ਵੀ ਕਿਤੇ ਮੈਂ ਆਪਦੇ ਸਕੂਲ ਆ ਰਿਹਾ। ਉਹ ਸਕੂਲ ਨੂੰ ਕਹਿੰਦੇ ਹੁੰਦੇ ਸੀ ਨਾ ਮਾਸਟਰ ਵੀ ਮੱਥਾ ਟੇਕ ਕੇ ਵੜੀਂਦਾ ਤਾਂ ਕਰਕੇ। ਅੱਛਾ ਮੈਨੂੰ ਇੱਕ ਗੱਲ ਦੱਸੇਗਾ, ਤੂੰ ਪਾਗਲ ਪੁਗਲ ਤਾਂ ਨਹੀਂ ਹੈਗਾ? ਨਾ ਜੀ, ਕਿਉਂ? ਆ ਪੁੱਠੀਆਂ ਸਿੱਧੀਆਂ ਹਰਕਤਾਂ ਤਾਂ ਪਾਗਲ ਹੀ ਕਰ ਦਿੰਦੇ ਆ। ਸੱਚੀ ਮੈਨੂੰ ਤਾਂ ਲੱਗਦਾ ਜੇ ਤੂੰ 2-3 ਵਾਰੀ ਹੋਰ ਸਾਡੇ ਘਰ ਹੈਗਾ ਨਾ, ਤੂੰ ਸਾਡੇ ਸਾਰੇ ਟੱਬਰ ਨੂੰ ਪਾਗਲ ਕਰ ਦੇਗਾ। ਚੰਗਾ ਜੀ, ਉਹ ਹਾਂ ਜੀ, ਆ ਲੈ ਟਿਫਨ ਤੇ ਪੈਸੇ। ਪੈਸੇ ਪੈਸੇ ਜੀ ਮਹੀਨੇ ਬਾਅਦ? ਮਹੀਨੇ ਬਾਅਦ ਨਹੀਂ, ਲਾਪ੍ਰੀਤ ਨੇ ਕਿਹਾ ਨੀ ਤੁਹਾਨੂੰ? ਨਾ ਮੈਨੂੰ ਤਾਂ ਕੁਛ ਨੀ ਕਿਹਾ ਜੀ, ਕੀ ਹੋ ਗਿਆ? ਲੈ ਕਿਹਾ ਕਿਉਂ ਨੀ, ਉਹਨੇ ਆਪਦੇ ਭਾਈ ਨੂੰ ਕਿਹਾ ਤਾਂ ਹੈਗਾ ਵੀ ਪੈਸੇ ਦੇ ਦੋ। ਚੁੱਪ ਕਰਕੇ ਟਿਫਨ ਫੜ ਤੇ ਪੈਸੇ ਦੇ। ਪੈਸੇ ਤਾਂ ਜੀ ਦੇ ਦੂੰਗਾ, ਤੁਸੀਂ ਲਾਪ੍ਰੀਤ ਨੂੰ ਬੁਲਾਓ ਮਾੜਾ ਜਿਹਾ, ਜਰੂਰੀ ਗੱਲ ਹੈ ਜੀ, ਉਹ ਸੁਨੇਹਾ ਲਾਉਣਾ ਮੈਂ।
ਬੇ ਭੇਜ ਦਿੰਨੀ ਆ ਪਾਗਲ ਕਿਸੇ ਥਾਂ ਦਾ ਕਿਸੇ ਨਾ ਹਸਪੀਟਲ ਚ ਦਵਾਈ ਦੁਵਾਈ ਚਲਾ ਲਾ ਆਪਦੀ ਕੋਈ ਨਾ ਜੀ ਮੈਨੂੰ ਤਾਂ ਇਹ ਪਾਗਲ ਲੱਗਦੀ ਹੈ ਮੈਨੂੰ ਕਹਿੰਦੀ ਹੈ ਵੀ ਦੱਸ ਵੀ ਜਦੋਂ ਬੰਦਾ ਜਿਹੜਾ ਟਿਫਨ ਬਣਾਉਂਦਾ ਜਦੋਂ ਬੰਦਾ ਉਹਨੂੰ ਮਿਲਣ ਆਇਆ ਵੀ ਤੁਸੀਂ ਕਾਹਨੂੰ ਉਈ ਲੈ ਪਤਾ ਨਹੀਂ ਕਿੱਥੇ ਹੈ ਇਹ ਲਵਪ੍ਰੀਤ ਲਵਪ੍ਰੀਤ ਹਾਂਜੀ ਬਾਰੇ ਆ ਨੀ ਆ ਜਾ ਅੰਦਰ ਹੀ ਹੱਥ ਜੇ ਮਲੀ ਜਾਂਦੀ ਹੈ ਕੀ ਹੋ ਗਿਆ ਦੀਦੀ ਉਹ ਸੰਧਾਰੇ ਨੂੰ ਸਾਂਭਲਾ ਜਾ ਕੇ ਆਪਦੇ ਨੂੰ ਸਾਂਭਣਾ ਕੀ ਹੈ ਤੁਸੀਂ ਟਿਫਨ ਜਾ ਕੇ ਫੜਾਇਓ ਤਿਆਰ ਪਏ ਆ ਫੜਦਾ ਨਹੀਂ ਮੈਂ ਤਾਂ ਟਿਫਨ ਮੈਂ ਕਿਹਾ ਲੈ ਟਿਫਨ ਫੜ ਲੈ ਤੇ ਪੈਸੇ ਦੇ ਆਖੇ ਉਹਨੂੰ ਭੇਜ ਦੇ ਮੈਂ ਤਾਂ ਉਹਦੇ ਨਾਲ ਜ਼ਰੂਰੀ ਗੱਲ ਕਰਨੀ ਆ ਦੀਦੀ ਮੈਂ ਨਹੀਂ ਜਾਂਦੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੁਹਾਡੇ ਅੱਗੇ ਦਿਮਾਗ ਮੇਰਾ ਬਹੁਤ ਖਾਂਦਾ ਉਹ ਤੁਸੀਂ ਧੱਕੇ ਨਾਲ ਟਿਫਨ ਕਹਿ ਦਿਓ ਜੇ ਫੜਨਾ ਤਾਂ ਫੜ ਲੈ ਨਹੀਂ ਆਪਦਾ ਬਾਰ ਚ ਧਰ ਦੁਆ ਪੇ ਲੈ ਜਾਣਗੀ ਮੈਨੂੰ ਤਾਂ ਨਾ ਐਂ ਲੱਗਦਾ ਲਵਪ੍ਰੀਤ ਵੀ ਦਾਲ ਚ ਕੁਛ ਕਾਲਾ ਜਿਹੜਾ ਉਹ ਤੇਰੇ ਬਿਨਾਂ ਜਾਂਦਾ ਹੀ ਨਹੀਂ ਹੈਗਾ ਗੱਲ ਤੇਰੇ ਨਾਲ ਕਰਨ ਆਉਂਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਨੂੰ ਟਿਫਨ ਤੱਕ ਮਤਲਬ ਹੈ ਕਿ ਤੇਰੇ ਤੱਕ ਮਤਲਬ ਆ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਦੀਦੀ ਮੈਂ ਤੁਹਾਨੂੰ ਇਹੋ ਜਿਹੀ ਲੱਗਦੀ ਹਾਂ ਤੂੰ ਨਹੀਂ ਇਹੋ ਜਿਹੀ ਲੱਗਦੀ ਪਰ ਉਹਦੇ ਦਿਲ 'ਚ ਕੁਛ ਨਾ ਕੁਛ ਹੈਗਾ ਅਤੇ ਉਹਨੂੰ ਟਿਫਨ ਫੜਾ ਗਿਆ ਨਾਲੇ ਪੈਸੇ ਲੈ ਕੇ ਆਈ ਅੱਜ ਤੁਹਾਨੂੰ ਮੈਂ ਸੇਵੀਆਂ ਦੇ ਕੇ ਆਊਂਗੀ ਫਿਰ ਕਿਹੋ ਜਿਹਾ ਕਿੱਤਾ ਤੋਰ ਰੱਖਿਆ ਸੰਧਾਰਾ ਆ ਕੇ ਖੜ ਜਾਂਦਾ ਗੇਟਾਂ 'ਚ ਮੱਥੇ ਟੇਕਣ ਲੱਗ ਰਿਹਾ ਵੀ ਇਸ ਮੰਦਰ ਹੈ ਨਾ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ ਤੇਰੇ ਦਿਮਾਗ 'ਚ ਖਰਾਬੀ ਹੈ ਕੱਲ ਤੈਨੂੰ ਸਮਝਾਇਆ ਹੋਇਆ ਸਮਝ ਨਹੀਂ ਆਇਆ ਕਿ ਦੂਜੇ ਤਰੀਕੇ ਨਾਲ ਸਮਝਾਵਾਂ ਤੈਨੂੰ ਆ ਮੇਰੀ ਦੀਦੀ ਤੈਨੂੰ ਟਿਫਨ ਫੜਾਉਣ ਆਈ ਸੀ ਤੇ ਤੂੰ ਫੜਿਆ ਨਹੀਂ ਗਿਆ ਤੂੰ ਦਿਮਾਗ ਦਾ ਮਰੀਜ਼ ਆ ਓਏ ਨਾ ਜੀ ਨਾ ਦਿਮਾਗ ਦਾ ਮਰੀਜ਼ ਨਹੀਂ ਮੈਂ ਤਾਂ ਦਿਲ ਦਾ ਮਰੀਜ਼ ਹਾਂ ਜੇ ਦਿਲ ਦਾ ਮਰੀਜ਼ ਹੈ ਫਿਰ ਕਿਸੇ ਡਾਕਟਰ ਤੋਂ ਜਾ ਕੇ ਸਟੰਟ ਪਵਾ ਲੈ ਇੱਥੇ ਕਿਹੜਾ ਕੀ ਕਰਦਾ ਆ ਟਿਫਨ ਫੜ ਲੈ ਨਾਲੇ ਮੈਨੂੰ ਸੁਨੇਹਾ ਦੱਸ ਦੇ ਜਿਹੜਾ ਤੇਰੇ ਡਾਕਟਰ ਨੇ ਲਾਇਆ ਸੀਗਾ ਸੁਨੇਹਾ ਕੁਛ ਨਹੀਂ ਲਾਇਆ ਜੀ ਮੈਂ ਤਾਂ ਬਸ ਤੁਹਾਨੂੰ ਆ ਪੈਸੇ ਫੜਾਉਣੇ ਸੀ ਹਲੋ ਪੈਸੇ ਫੜਾਉਣੇ ਸੀ ਮੇਰੀ ਦੀਦੀ ਨੂੰ ਵੀ ਫੜਾ ਸਕਦਾ ਸੀ ਓਹੋ ਦੀਦੀ ਨੂੰ ਕਿਵੇਂ ਫੜਾਉਣ ਦਾ ਹੁਣ ਰੋਟੀ ਤੁਸੀਂ ਬਣਾਉਂਦੇ ਹੋ ਇੰਨੀ ਸਵਾਦ ਤੇ ਪੈਸੇ ਕਿਸੇ ਹੋਰ ਨੂੰ ਨਾਲੇ ਜਿਹਨੂੰ ਦੇਖਣ ਦਾ ਮਾਰਾ ਬੰਦਾ ਆਉਂਦਾ ਜੇ ਉਹਦੇ ਨਾਲ ਦਰਸ਼ਨ ਹੋਣ ਫਿਰ ਆਏ ਦਾ ਕੀ ਫਾਇਦਾ ਕੀ ਕਿਹਾ ਆ ਦਿਖਦਾ ਇਹੋ ਜਿਹਾ ਮਾਰੂੰਗੀ ਨਾ ਤਿੰਨ ਦਿਨ ਲਾਲੀ ਨਹੀਂ ਜਾਣੀ ਹੈਗੀ ਮੂੰਹ ਤੋਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਤੂੰ ਇਹੋ ਜਿਹਾ ਤੇਰੇ ਲੱਛਣ ਨਾ ਨਾਲੇ ਮੇਰੀ ਦੀਦੀ ਨੇ ਪਹਿਲੀ ਪਛਾਣ ਲਈ ਸੀਗੇ ਵੀ ਬੰਦਾ ਠੀਕ ਨਹੀਂ ਲੱਗਦਾ ਮੇਰੀ ਗੱਲ ਨਾ ਕੰਨ ਖੋਲ੍ਹ ਕੇ ਸੁਣ ਲੈ ਕੱਲ੍ਹ ਤਾਂ ਤੈਨੂੰ ਚੁੱਪ ਰਹਿਣ ਨੂੰ ਕਿਹਾ ਸੀ ਅੱਜ ਤੈਨੂੰ ਮੈਂ ਇਹ ਗੱਲ ਕਹਿ ਦਿੰਦੀ ਵੀ ਕੱਲ੍ਹ ਤਾਂ ਤੂੰ ਇੱਥੇ ਰੋਟੀ ਲੈਣ ਨਾ ਹੀ ਆਈ ਮੈਂ ਹੁਣ ਤੁਹਾਨੂੰ ਇਹੋ ਜਿਹਾ ਕੀ ਕਹਿਤਾ ਜੀ ਬੇਕਾਰ ਗੱਲ ਸੁਣਿਓ ਇੱਕ ਗੱਲ ਸੁਣ ਲਓ ਬਸ ਜ਼ਿਆਦਾ ਨਹੀਂ ਮੈਂ ਕਹਿੰਦਾ ਬੋਲ ਹੁਣ ਦੇਖਿਓ ਮੈਨੂੰ ਨਾ ਭੁੱਖ ਵੀ ਬਾਹਲੀ ਲੱਗ ਰਹੀ ਹੈ ਕਿਹੜੇ ਵੇਲੇ ਰੋਟੀ ਲੈ ਕੇ ਜਾਊਂਗਾ ਤੇ ਕਿਹੜੇ ਵੇਲੇ ਖਾਊਂਗਾ ਜੇ ਤੁਸੀਂ ਮੈਨੂੰ ਚਾਹ ਦੀ ਘੁੱਟ ਪਿਆ ਹੁਣ ਜਦੋਂ ਤੇਰੇ ਲੱਛਣਾਂ ਦਾ ਪਤੀ ਲੱਗ ਗਿਆ ਮੈਂ ਤਾਂ ਵੀ ਤੈਨੂੰ ਚਾਹ ਵਾਸਤੇ ਬਿਠਾ ਲਾਂ ਘਰੇ ਬਸ ਲਾਸਟ ਵਾਰੀ ਪਲੀਜ਼ ਇਹ ਬੰਦਾ ਤਾਂ ਮੈਨੂੰ ਘਰੋਂ ਕਢਵਾ ਕੇ ਹਟੂਗਾ ਮੈਨੂੰ ਲੱਗਦਾ ਇਹ ਤਾਂ ਪਹਿਲੀ ਨਹੀਂ ਮੈਨੂੰ ਜਾਣ ਦਿੰਦੀਆਂ ਪਰ ਅਰਸ਼ ਵੀਰੇ ਕਰਕੇ ਚਾਹ ਤਾਂ ਪਿਆਉਣੀ ਹੀ ਪਊਗੀ ਬਹਿ ਜਾ ਨਾਲੇ ਬਾਲਾ ਬੋਲਣ ਦੀ ਲੋੜ ਨਹੀਂ ਮੂੰਹ ਤੇ ਉਂਗਲ ਰੱਖ ਲੈ ਇਹ ਉਂਗਲ ਨਾ ਚੱਕਣੀ ਨਹੀਂ ਜੋ ਤੱਕ ਇੱਥੋਂ ਜਾਂਦਾ ਨਹੀਂ ਮੰਜੇ ਤੇ ਬਹਿ ਜਾ ਲਿਆਉਣੀ ਆ ਚਾਹ ਮੈਂ ਹਾਂ ਜੀ ਆ ਗਈ ਹੁਣ ਉਹ ਖੜਾ ਕਾਹਤੋਂ ਉੱਥੇ ਜਾਂਦਾ ਕਾਹਤੋਂ ਨਹੀਂ ਦੀਦੀ ਉਹ ਪਤਾ ਕੀ ਸੀਗਾ ਉਹਨਾਂ ਨੇ ਡਾਕਟਰ ਨੇ ਕਿਹਾ ਹੋਣਾ ਵੀ ਜਿਹੜਾ ਬੰਦਾ ਖਾਣਾ ਬਣਾਉਂਦਾ ਨਾ ਪੈਸੇ ਉਸੇ ਨੂੰ ਫੜਾਉਣੇ ਨੇ ਉਹ ਤਾਂ ਪੈਸੇ ਫੜਾਉਣ ਆਏ ਸੀਗੇ ਆ ਕੀ 1100 ਲਿਆ ਕੇ ਮੱਥੇ ਮਾਰੇ ਬਾਕੀ ਕੋਈ ਨਾ ਇਹਨੇ 1100 ਤਾਂ ਰੱਖ ਲਓ ਬਾਕੀ ਮੈਂ ਕਹਿ ਕੇ ਮੰਗਵਾ ਲੂੰਗੀ ਚੱਲ ਉਹਨੂੰ ਆਈ ਕਹਿ ਦੀ ਫਿਰ ਕੱਲ੍ਹ ਨੂੰ ਲੈ ਆਊਗਾ ਜਿਹੜਾ 900 ਰੁਪਏ ਰਹਿ ਗਿਆ ਅਤੇ ਨਾਲੇ ਮੇਰੀ ਗੱਲ ਸੁਣੋ ਇਹੋ ਜਿਹੀ ਕਿਹੜੀ ਗੱਲ ਹੁੰਦੀ ਆ ਉਦਣ ਵੀ ਉਹਨੇ ਐਂ ਕਿਹਾ ਵੀ ਆਖੇ ਮੈਂ ਤਾਂ ਲਵਪ੍ਰੀਤ ਨਾਲ ਹੀ ਗੱਲ ਕਰੂੰਗਾ ਅਤੇ ਅੱਜ ਵੀ ਦੀਦੀ ਕੋਈ ਗੱਲ ਨਹੀਂ ਸੀ ਉਹ ਕਹਿੰਦਾ ਮੈਂ ਚਾਹ ਪੀਣੀ ਮੈਨੂੰ ਭੁੱਖ ਲੱਗੀ ਮੈਂ ਕਿਹਾ ਚੱਲ ਬਹਿ ਜਾਓ ਉਹ ਕਹਿੰਦੇ ਤੁਹਾਡੀ ਦੀਦੀ ਦਾ ਸੁਭਾਅ ਥੋੜ੍ਹਾ ਜਿਹਾ ਮੈਨੂੰ ਐਂ ਲੱਗਦਾ ਜਿਵੇਂ ਗੁੱਸੇ ਵਾਲਾ ਹੋਵੇ ਸ਼ਾਇਦ ਉਹ ਡਰਦੇ ਮਾਰੇ ਤੁਹਾਡੇ ਕੋਲ ਬੋਲੇ ਨਹੀਂ ਹੈਗੇ ਚੱਲ ਕੋਈ ਨਾ ਚਾਹ ਪਿਲਾ ਦੇ ਅਤੇ ਨਾਲੇ ਮੇਰੀ ਗੱਲ ਸੁਣੋ ਉਹਨੂੰ ਯਾਦ ਨਾਲ ਕਹਿ ਦੀ ਵੀ ਬਾਕੀ ਪੈਸੇ ਕੱਲ੍ਹ ਨੂੰ ਲੈ ਆਵੇ ਹਾਂਜੀ ਕੋਈ ਨਾ ਕਹਿ ਦੂੰਗੀ ਚੱਲ ਬਣਾ ਦੇ ਚਾਹ ਉਹਦੇ ਵਾਸਤੇ ਜਿਹਦੇ ਲੱਛਣਾਂ ਬਾਰੇ ਇਹਨਾਂ ਨੂੰ ਦੱਸ ਦਿੰਦੀ ਨਾ ਇਹਨਾਂ ਨੇ ਮੁੰਡੇ 'ਚ ਥੋੜ੍ਹੀ ਗਲਤੀ ਕੱਢਣੀ ਸੀ ਮੇਰੇ 'ਚ ਕੱਢਣੀ ਸੀ ਅਤੇ ਨਾਲੇ ਆਹ ਜਿਹੜਾ 2 ਰੁਪਈਆਂ ਦਾ ਕੰਮ ਕਰਦੀ ਹੈ ਇਹ ਵੀ ਛੁਡਵਾ ਦੇਣਾ ਸੀ ਪਰ ਵੀਰੇ ਨੂੰ ਫੋਨ ਕਰਕੇ ਆਖੂੰਗੀ ਜ਼ਰੂਰ ਵੀ ਕੱਲ੍ਹ ਤੋਂ ਇਹਨੂੰ ਨਾ ਭੇਜਿਆ ਕਰੇ ਇਹ ਬੰਦਾ ਨਾਲੇ ਤਾਂ ਆਪ ਨਹੀਂ ਰਹਿਣ ਘਰ ਦਾ ਨਾ ਘੜਦਾ ਨਾਲੇ ਮੈਨੂੰ ਘਰੋਂ ਕੁੜਵਾਊਗਾ ਜ਼ਿਆਦਾ ਤਾਂ ਇਹਦਾ ਬਹਾਨਾ ਹੀ ਹੈ ਹਾਏ
मैं ना थोड़े नाल एक गल करनी सी। पर मैं तेरे नाल कोई गल नहीं करनी, तेरे इस घर च हुण आखरी दिन है, चाह पी ते जा इत्थों। मैं ना थोनू पसंद करना, मैं थोड़े नाल व्याह करवाउणा। थोनू पता तुसीं किन्ने वधिया हो, थोड़े बारे तो मैं अपने घर भी दसता, तो मेरा बापू कहिंदा ठीक है। मेरी बेबे नूं भी पता थोड़े वर्गियां सिंपल कुड़ियां पसंद ने, जिहड़ियां घर का कम कर दिया हो, जिन्हां नूं रोटी पानी बनाउण दा बड़ा शौक होवे। थोड़े वर्गी सिंपल कुड़ी मेरे घरदिआं नूं भी बहुत पसंद है। पता मैं तां ना जदों थोनू पहली वारी देखिआ सी उदन ही थोनू पसंद करन लग गिआ सी। तुसीं तां ना मेरे ख्यालां 'च ही रहिंदे हो। मैं ना थोड़े बारे बहुत कुछ सोच लिया। कोई गल नहीं, तुसीं सोच लिओ, हाँ करन दी एड्डी भी छेती नहीं। मैं ना शाम नूं टिफिन फड़ाउण आऊँगा ते उदों थोड़े जवाब दी वेट करूँगा, ते मैनूं पूरा यकीन है वी थोड़ा जवाब हाँ 'च ही होऊगा। चाह बहुत सवाद बनाई है, पर हुण डाक्टर साहब रोटी नूं उड़ीकदे होणगे। चंगा जी, सति श्री अकाल, हुण मैं चलदा, ते तुसीं सोचो जरूर। मेरे घरदिआं नूं ते मैनूं सच्ची तुसीं बहुत पसंद हो। मेरी बेबे ने तां मेरियां गल्लां 'चों थोड़ा मूँह देख लिया वी तुसीं किद्दां दे होवोंगे। सति श्री अकाल, जवाब दी उड़ीक करूँगा जदों शाम नूं आऊँगा। चंगा जी, सति श्री अकाल। मेरी गल तां सुणो, मैं मेरे ख्याल नहीं, मैं तेरे नाल ब्याह नहीं करवाना। मैं आ की कबूली है नहीं, तू मैं पहले भी ब्याही हुई सी दो बारी, मैं नहीं ब्याह करवाना। ए की बोली जानी है, मैडम नू ब्याह दे ख्याल आई जांदे ने, पता नहीं लगदा हैगा भी कौन खड़ा कौन नहीं। तुसी दीदी की दे ख्यालां च खोई बैठी है। नहीं दीदी, वो तुसी मैनू कह रहे सी ना कुछ के दिनों तो भी तू ब्याह करा लै, बस ओही गल याद आ गई सी दिमाग च, मैं ब्याह नहीं ना करवाना। अच्छा, मैनू ना चंगी तरह पता भी तू की सोची जानी है। दो बंदे तो तू पहला खा गई ना, हुण तीजा केड़ा खाण दी तैयारी है। एहो जिहा कुछ नहीं हैगा दीदी, कम सी कोई? कम तो कोई नहीं सी, मैं तो तैनू वेली बैठी नू देख के आ गई भी। वेली कदों बैठी हाँ, बोकर मारन वाली होई पे मार लैंदी, जे ख्यालां चों निकले तां ही घर दे काम पता लगन तैनूं। हां जी, कोई ना, आहो बोकर मार लै नाले विआह दे ख्यालां चों निकल जा। मैं ना शाम नूं टिफिन फड़ाउण आऊंगा ते उदों थोड़े जवाब दी वेट कर दे। मैनूं पूरा यकीन है थोड़ा जवाब हां जी होऊगा। मम्मी चाह पी ली? हाँ चाह तो पी ली मैं। अच्छा फिर ऐं करो, भांडे मांज दो। भांडे तू मांज दे, मेरा अज चित नहीं ठीक, बुखार जाला मंगू होया पिया। मैनूं तां मम्मी आ चार भांडे मांजण नूं कहा है, मैं सारे कम्मे कीते ने।
ਤੇ ਫੇਰ ਕੀ ਹੋ ਗਿਆ ਤੇਰਾ ਘਰ ਆ ਕੁੜੇ ਤੂੰ ਕੰਮ ਕਰ ਲੈ ਫਿਰ ਦੱਸ ਕੀ ਹੋ ਗਿਆ ਕੋਈ ਨੀ ਮਾਂ ਜਲੀ ਠਹਿਰ ਕੇ ਚੱਕਦੀ ਫਿਰ ਮੰਮੀ ਮੇਰਾ ਕੀ ਇਕੱਲੀ ਦਾ ਘਰ ਆ ਤੁਹਾਡਾ ਹੈ ਨੀ ਲੈ ਤੂੰ ਤਾਂ ਨਾ ਹੋਰ ਹੀ ਪੌੜੀਆਂ ਚੜ੍ਹਨ ਲੱਗ ਜਾਂਦੀ ਆ ਕੋਈ ਨੀ ਜਦੋਂ ਮੇਰਾ ਚਿੱਤ ਠੀਕ ਹੋ ਗਿਆ ਮਾਂਜ ਦੂੰਗੇ ਤੁਹਾਡਾ ਚਿੱਤ ਤਾਂ ਮੰਮੀ ਠੀਕ ਹੁੰਦਾ ਹੀ ਨਹੀਂ ਹੈਗਾ ਮਾਂਜ ਦੋ ਨਾਲੇ ਆਪਦਾ ਕੰਮ ਤਾਂ ਤੁਸੀਂ ਕਰਦੇ ਨੀ ਕਿਸੇ ਦਾ ਵੀ ਨਹੀਂ ਬਣਨ ਦਿੰਦੇ ਨਾ ਕਿਸੇ ਦੇ ਕੰਮ ਨੂੰ ਮੈਂ ਕੀ ਕਰਤਾ ਲੈ ਹੋਰ ਕੀਤਾ ਕੀ ਨਹੀਂ ਉੱਥੇ ਜਵਾਬ ਦੇ ਆਏ ਰਿਸ਼ਤੇ ਨੂੰ ਲੱਭ ਰਿਹਾ ਚੰਗਾ ਭਲਾ ਰਿਸ਼ਤਾ ਹੁੰਦਾ ਸੀ ਤੈਨੂੰ ਕਾਹਨੂੰ ਪਤਾ ਵੀ ਕਿਉਂ ਜਵਾਬ ਦਿੱਤਾ ਉੱਥੇ ਮੈਂ ਮਾੜਾ ਜਿਹਾ ਨਾ ਸੋਚ ਸਮਝ ਕੇ ਬੋਲੀਦਾ ਹੁੰਦਾਗਾ ਮੈਨੂੰ ਪਤਾ ਹੀ ਹੈ ਕਦੋਂ ਜਵਾਬ ਦਿੱਤਾ ਵੀ 40 ਸਾਲਾਂ ਦਾ ਫਿਰ ਉਹਨੂੰ ਗੱਭਰੂ ਤਾਂ ਮਿਲਣ ਨਹੀਂ ਲੱਗ ਰਿਹਾ ਹੁਣ 19 ਸਾਲਾਂ ਦਾ ਉਹੀ ਮਿਲੂਗਾ ਫਿਰ ਤੇਰੇ ਸਾਹਮਣੇ ਸੀ ਹੁਣ ਚੰਗੇ ਲੱਗਦੇ ਹੈਗੇ ਬੁੜੇ ਤੇ ਲੜ ਲਾਉਂਦੇ ਉਹਨੂੰ ਫਿਰ ਕਿੱਡੀ ਗੱਲ ਹੈ ਕਿ ਘਰ ਤਾਂ ਬਸ ਜੂ ਕੁੜੀ ਦਾ ਕੰਮ ਸੇ ਕੰਮ ਆ ਉੱਥੇ ਬੈਠੀ ਸੋਹਣੀ ਲੱਗਦੀ ਹੈ ਹੁਣ ਬਿਨਾਂ ਘਰ ਵਾਲੇ ਤੋਂ ਨਾ ਤੈਨੂੰ ਬਾਲੀ ਸ਼ਰਮ ਇਸ ਗੱਲ ਦੀ ਹੈ ਘਰ ਬਸ ਜੂਗਾ ਨਾਲੇ ਹੋਰ ਨਾ ਮੈਨੂੰ ਕਾਹਦੀ ਸ਼ਰਮ ਆਊਗੀ ਮੈਂ ਤਾਂ ਉਹਦਾ ਘਰ ਹੀ ਬਸਾਉਣਾ ਚਾਹੁੰਦੀ ਆ ਨਹੀਂ ਬਸ ਕਰ ਬਸ ਕਰ ਨਹੀਂ ਮੈਨੂੰ ਤਾਂ ਕੀ ਲੈਣਾ ਜਦੋਂ ਨਾ ਤੇਰੇ ਤੇ ਪਈ ਤੈਨੂੰ ਉਦੋਂ ਪਤਾ ਲੱਗੂਗਾ ਹੁਣ ਤਾਂ ਤੈਨੂੰ ਆਉਂਦੀਆਂ ਗੱਲਾਂ ਅੱਛਾ ਹੁਣ ਤੁਸੀਂ ਉਹਦਾ ਮਤਲਬ ਐ ਐ ਵੀ ਮੇਰੇ ਤੇ ਪੈ ਜੇ ਮੇਰੇ ਘਰ ਵਾਲਾ ਮਰ ਜੇ ਤੂੰ ਤਾਂ ਭਣੇ ਪੁੱਠੀ ਜਾਣਾਗਾ ਤੈਨੂੰ ਜਿੰਨੀ ਸਮਝਾਲਾ ਨਾ ਤੂੰ ਤਾਂ ਗੱਲ ਪੁੱਠੀ ਲੈ ਕੇ ਜਾਏਂਗੀ ਮੈਂ ਤਾਂ ਪੁੱਠੀ ਲੈ ਕੇ ਜਾਨੀ ਹੁੰਨੀ ਆ ਮੈਨੂੰ ਤਾਂ ਕਿਹਾ ਨਾ ਕਰ ਫਿਰ ਕਿਹਾ ਨਾ ਕਰ ਚੱਲ ਐ ਕਰ ਤੂੰ ਆਈ ਲਾ ਲੈ ਜੇ ਮੇਰੇ ਘਰ ਵਾਲਾ ਮਰ ਗਿਆ ਭਈ ਮੈਂ ਤਾਂ ਵਗ ਜੂੰਗੀ ਮੈਂ ਨਹੀਂ ਛੋਡੇ ਤੇ ਬੋਝ ਬੋਝ ਬਣਦੀ ਹੈਗੀ ਸੁੱਖਾ ਸੁੱਖਦੀ ਆ ਫਿਰ ਵਗ ਜਾਏਂਗੀ ਤੂੰ ਸੌਖਾ ਨਹੀਂ ਬਗਾਨੇ ਘਰੇ ਜਾਣਾ ਕਿਸੇ ਦੇ ਤੂੰ ਹੀ ਮੰਮੀ ਅਹੀਂ ਇਹ ਗੱਲਾਂ ਕਰਦੀ ਐ ਮੈਂ ਕੀ ਤੈਨੂੰ ਕਹਤਾ ਤੂੰ ਪੌੜੀਆਂ ਚੜੀ ਜਾਂਦੀ ਹੈਗੀ ਆ ਦੋ ਭਾਂਡਿਆਂ ਦੀ ਗੱਲ ਐ ਮੈਂ ਮਾਂਜ ਦੂੰਗੀ ਬਸ ਕਰ ਫਿਰ ਮਾਂਜ ਦੋ ਮਾਂਜ ਦਿੰਨੀ ਆ ਕੋਈ ਨਹੀਂ ਨਾਲੇ ਗੱਲ ਸੁਣ ਲਓ ਆ ਦੋ ਤਿੰਨ ਦਿਨਾਂ ਨੂੰ ਹੁਣ ਉਰੀ ਆਊਗੀ ਉਹ ਉੱਥੇ ਕੋਈ ਨਹੀਂ ਰੱਖਦੇ ਉਹਨੂੰ ਤੇ ਫਿਰ ਹੁਣ ਜਾਊ ਕਿੱਥੋਂ ਉਹ ਕਿਤੇ ਮਰਜੀ ਜਾਵੇ ਬਈ ਕਿਤੇ ਮਰਜੀ ਜਾਵੇ ਵਿਆਹ ਦੋ ਪਰਾਂ ਨੂੰ ਉਰੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਤੇਰੇ ਨਾਲ ਤਾਂ ਮੱਥਾ ਮਾਰਨਾ ਜਾਹ ਜਾਂ ਕੰਧ ਨਾ ਮੱਥਾ ਮਾਰ ਲਿਆ ਹੋ ਜਾਂ ਤੇਰੇ ਨਾਲ ਮਾਰ ਲਿਆ ਮੈਂ ਤਾਂ ਕੰਧਾਂ ਹਾਂ ਆ ਫੇਰ ਆਉਂਦਾ ਘੁੱਗੂ ਜਾ ਮੂੰਹ ਚੱਕੇ ਇੱਧਰ ਨੂੰ ਬੜਾ ਨਹੀਂ ਤਾਂ ਦਿਮਾਗ ਖਾਤਾ ਹਾਂ ਭਾਈ ਦੱਸ ਕੀ ਕੰਮ ਹੈ ਹਾਂ ਭਾਈ ਉਹ ਲਵਪ੍ਰੀਤ ਕਿੱਥੇ ਹੈ ਜੀ ਕਿਉਂ ਕੀ ਕੰਮ ਹੈਗਾ ਕੁਛ ਨਹੀਂ ਜੋ ਤਾਂ ਟੀਫਨ ਫੜਾਉਣਾ ਦੀ ਲੈ ਫਿਰ ਟੀਫਨ ਮੈਨੂੰ ਫੜਾ ਦੇ ਇਹ 'ਚ ਕਿਹੜਾ ਜ਼ਿਆਦਾ ਭਾਰ ਹੈ ਵੀ ਉਹੀ ਚੱਕੂ ਇਹਨੂੰ ਹਾਂ ਟੀਫਨ 'ਚ ਤਾਂ ਕੋਈ ਭਾਰ ਨਹੀਂ ਹੈ ਨਾ ਉਹ ਹਾਂ ਸੱਚ ਮੈਂ ਤਾਂ ਜੀ ਜਿਹੜਾ ਕੰਮ ਸੀ ਉਹ ਸਾਡਾ ਡਾਕਟਰ ਨਾ ਮੈਨੂੰ ਰੋਜ਼ ਗਾਲਾਂ ਦਿੰਦਾ ਮੈਂ ਤਾਂ ਰੋਜ਼ ਭੁੱਲ ਜਾਂਦਾ ਜੀ ਜਿਹੜਾ ਕੰਮ ਆਇਆ ਸੀ ਉਹ ਨਾ ਜੀ ਸਾਡੇ ਨਾ ਔਨਲਾਈਨ ਸਾਈਨ ਹੁੰਦੇ ਨੇ ਜਿਹੜਾ ਬੰਦਾ ਰੋਟੀ ਬਣਾਉਂਦਾ ਹੈ ਉਹ ਦਫ਼ਤਰੀ ਕੰਮ ਹੈ ਜੀ ਸਰਕਾਰ ਨੂੰ ਰਿਕਾਰਡ ਦੇਣਾ ਪੈਂਦਾ ਉਹ ਸਾਈਨ ਕਰਾਉਣੇ ਦੀ ਜੀ ਸਾਈਨ ਕਰਾਉਣੇ ਦੀ ਹਾਂ ਜੀ ਹਾਂ ਹਾਂ ਜੀ ਚੱਲ ਕੋਈ ਨਾ ਬੁਲਾਉਣੀ ਆ ਮੈਂ ਹਾਂ ਜੀ ਆਹ ਕੋਈ ਨਹੀਂ ਆ ਟੀਪਨ ਦਾ ਜੀ ਫੜ ਲਓ ਉਹ ਸਾਈਨ ਕਰਾਉਣੇ ਨੇ ਜੀ ਬੁਲਾ ਦਿਓ ਮਾੜਾ ਜਿਹਾ ਹੈ ਆ ਗਿਆ ਨੀ ਕੁੜੀਓ ਬਿਛਾਲੀ ਲਵਪ੍ਰੀਤ ਨੂੰ ਬੋਲ ਮਾਰ ਲੈ ਕੀ ਹੋ ਰਿਹਾ ਦਿਮਾਗ ਨੂੰ ਲਵਪ੍ਰੀਤ ਤਾਂ ਗਈ ਹੋਈ ਹੈ ਕਿੱਥੇ ਗਈ ਹੈ ਉਹ ਕੰਮ ਗਈ ਆ ਨਾ ਤੂੰ ਉਹ ਤੋਂ ਕੀ ਲੈਣਾ ਰੋਜ਼ ਹੀ ਕਹਿ ਦਿੰਦਾ ਉਹਨੂੰ ਭੇਜ ਦੋ ਉਹਨੂੰ ਭੇਜ ਦੋ ਕਿੱਥੇ ਵਾਗੀ ਉਹ ਨਾ ਜੀ ਉਹ ਤਾਂ ਸਾਈਨ ਕਰਾਉਣੇ ਨੇ ਜੀ ਕਾਹਦੇ ਸਾਈਨ ਕਰਾਉਣੇ ਲੈ ਮੈਂ ਕਰ ਦਿੰਦੀ ਹਾਂ ਰੋਟੀ ਤਾਂ ਸਾਡੇ ਘਰੋਂ ਜਾਂਦੀ ਹੈ ਉਹ ਨਾ ਜੀ ਨਾ ਉਹ ਨਾ ਦਫ਼ਤਰੀ ਕੰਮ ਉਹ ਭੇਜਣਾ ਪੈਂਦਾ ਜੀ ਔਨਲਾਈਨ ਸਾਈਨ ਹੋਣਗੇ ਉਹ ਔਨਲਾਈਨ ਕਰਾਉਣੇ ਪੈਂਦੇ ਨੇ ਜੀ ਬਈ ਲਵਪ੍ਰੀਤ ਤਾਂ ਘਰੇ ਹੈ ਨਹੀਂ ਸੁਣ ਗਈ ਗੱਲ 100 ਕੰਮ ਨੇ ਉਹਦੇ ਲਵਪ੍ਰੀਤ ਕਿੱਥੇ ਭਾਗੀ ਮੰਮੀ ਇਹ ਤਾਂ ਨਾ ਪਾਗਲ ਹੈ ਲੈ ਉਹੀ ਪਾਗਲ ਆ ਜੀ ਮੈਂ ਐਡੇ ਵੱਡੇ ਸਰਕਾਰੀ ਹਸਪਤਾਲ 'ਚ ਉਹੀ ਲੱਗ ਗਿਆ ਮਜ਼ਾਕ ਵਾਲੀ ਗੱਲ ਨਹੀਂ ਜੀ ਹੁਣ ਰੋਟੀ ਤਾਂ ਬਣਾਤੀ ਇਹ ਸਾਈਨ ਉਹੀ ਕਰ ਸਕਦਾ ਜਿਹੜੇ ਬੰਦੇ ਨੇ ਕੜਛੀ ਨੂੰ ਹੱਥ ਲਾਤਾ ਆ ਦੇਖ ਲਾ ਹਲੇ ਕਹਿੰਦਾ ਮੈਂ ਪਾਗਲ ਨਹੀਂ ਹੈਗਾ ਗੱਲਾਂ ਤਾਂ ਫਿਰ ਹੋਣਗੇ ਸਾਈਨ ਸੋਨ ਹੁੰਦੇ ਹੋਣੇ ਬਾਈ ਤੇ ਫਿਰ ਮੰਮੀ ਮੈਂ ਕਰ ਦਿੰਨੇ ਸਾਈਨ ਕਿ ਲਵਪ੍ਰੀਤ ਦੇ ਹੱਥੋਂ ਦੀ ਕਰਾਉਣੇ ਆ ਨਾ ਜੀ ਨਾ ਕੜਛੀ ਤੇ ਹੱਥੋਂ ਨਹੀਂ ਲੈਦੀ ਰੋਟੀ ਤਾਂ ਉਹੀ ਬਣਾਉਂਦੀ ਹੈ ਹਾਂ ਫਿਰ ਬਸ ਉਸੇ ਦੇ ਹੋਣਗੇ ਜੀ ਉਸੇ ਦੇ ਤੂੰ ਇੱਥੋਂ ਜਾਏਂਗਾ ਕਿ ਮੈਂ ਤੋਰਾਂ ਤੈਨੂੰ ਰੁੱਖਾ ਨਹੀਂ ਬੋਲਿਆ ਕਰਦੇ ਹਿਸਾਬ ਨਾਲ ਬੋਲੀ ਕੋਈ ਨਾ ਪਤਾ ਫੇਰ ਆ ਜੀ ਕਰਾ ਕੇ ਲੈ ਜੀ ਸਾਈਨ ਫੇਰ ਅੱਧੇ ਘੰਟੇ ਉਡੀਕ ਲੈਣਾ ਜੀ ਮੈਂ ਉਰੇ ਬਹਿ ਕੇ ਉਹ ਸਾਨੂੰ ਕੀ ਟਾਈਮ ਦੇ ਕੇ ਗਈ 9 ਵਜੇ ਤੱਕ ਵਾਪਸ ਆ ਜਾ ਚੱਲ ਕੋਈ ਨਾ ਬਹਿ ਜਾ ਡੀਕ ਲੈ ਭਾਈ ਇੱਥੇ ਹੀ ਬੈਠਾ ਰਹੂ ਇਹ ਕੋਈ ਨਾ ਉਹ ਆਜੂ ਫਿਰ ਇਹਨੇ ਸਾਈਨ ਕਰ ਦੂ ਆ ਕੇ ਉਹ ਨਹੀਂ ਆਉਂਦੀ ਹੈਗੀ ਹਲੇ ਚੱਲ ਕੋਈ ਨਾ ਬਹਿ ਜਾ ਪੁੱਤ ਨਾ ਤੂੰ ਉੱਥੇ ਹਸਪੀਟਲ 'ਚ ਕੰਮ ਕਰਦਾ ਕੀ ਕਰਦਾ ਕੋਈ ਨਾ ਪੁੱਤ ਇਹਦਾ ਬੁਰਾ ਨਾ ਮਨਾ ਤੂੰ ਇਹਦਾ ਤਾਂ ਸਵਾਈ ਹੈ ਤੂੰ ਬਹਿ ਜਾ ਆ ਜਾਂਦੀ ਆ ਉਹ ਕਰ ਦੂਗੀ ਸਾਈਨ ਠੀਕ ਹੈ ਜੀ ਕੋਈ ਨਾ ਬਹਿ ਜਾ ਨਹੀਂ ਪਤਾ ਨਹੀਂ ਕਿੱਧਰ ਭੱਗ ਗਈ ਲੈ ਵੀ ਜਦੋਂ ਉਹਨੂੰ ਕਿਹਾ ਤਾਂ ਕਹਿੰਦੀ ਮੈਂ ਆਥਣੇ ਆਊਂਗਾ ਪਤਾ ਨਹੀਂ ਕਿੱਧਰ ਭੱਗ ਗਈ ਪਤਾ ਨਹੀਂ ਯਾਰ ਹਾਂ ਕਰੂ ਪਤਾ ਨਹੀਂ ਨਾ ਕਰੂ
ਨਾ ਤੈਨੂੰ ਕੀ ਹੋਣ ਲੱਗ ਰਿਹਾ ਮੰਮੀ ਉੱਥੇ ਕਰੀ ਨੇ ਲਾਪਰੀ ਦੰਦਰ ਲਾਪਰੀ ਦੰਦਰ ਮੈਨੂੰ ਤਾਂ ਕੁਛ ਨਹੀਂ ਹੋਇਆ ਹੋ ਤਾਂ ਤੈਨੂੰ ਰਿਹਾ ਉਹਦੇ ਦਿਮਾਗ ਦੀ ਫਿਰ ਅੰਦਰ ਤਾਂ ਹੈਗੀ ਹੈ ਤੂੰ ਉਹਨੂੰ ਕਰਾ ਕੇ ਸਹਿਨ ਭਰਾ ਮੋੜ ਦੇ ਮੈਂ ਤਾਂ ਤੈਨੂੰ ਦੱਸਣਾ ਭੁੱਲ ਗਈ ਲਾਪਰੀ ਨੇ ਮੈਨੂੰ ਕਿਹਾ ਸੀ ਉਹਨੂੰ ਕਹਿੰਦੇ ਘਰੇ ਨਹੀਂ ਹੈਗੀ ਦਿਮਾਗ ਖਾਣ ਲੱਗ ਜਾਂਦਾ ਖੜਾ ਕੇ ਉੱਥੇ ਉਹੀ ਅਲਪਟਲ ਗੱਲਾਂ ਮਾਰਦਾ ਰਹਿੰਦਾ ਨਾ ਫਿਰ ਮੇਰੀ ਗੱਲ ਸੁਣ ਜੇ ਇੰਨਾ ਅਲਪਟਲ ਗੱਲਾਂ ਮਾਰਦਾ ਫਿਰ ਗੱਡਾ ਖੜਾ ਗਾ ਜਵਾਬ ਨਹੀਂ ਦਿੱਤਾ ਜਾਂਦਾ ਪਰ ਇਹੋ ਜਿਹੇ ਕੰਮ ਨੂੰ ਹਾਂ ਹਾਂ ਦਵਾ ਦੇ ਜਵਾਬ ਚਾਰ ਪੈਸੇ ਆਉਂਦੇ ਨੇ ਜਰੇ ਨਹੀਂ ਜਾਂਦੇ ਮੰਮੀ ਤੇਰੇ ਤੋਂ ਫਿਰ ਕੀ ਕਰੀਏ ਨਾ ਤਾਂ ਕਹਿੰਦੇ ਦਿਮਾਗ ਖਾਂਦਾ ਬਾਲਾ ਤੇ ਉਹ ਅੰਦਰ ਲੁਕੋ ਰੱਖੀ ਹੈਗੀ ਹੈ ਮੇਰੀ ਗੱਲ ਸੁਣ ਮੰਮੀ ਤੈਨੂੰ ਇਹਦਾ ਪਤਾ ਨਹੀਂ ਹੈਗਾ ਜੇ ਮੈਂ ਉਹਦੇ ਕੋਲ ਜਾ ਕੇ ਖੜਦੀ ਹਾਂ ਤਾਂ ਪਾਗਲਪੰਥੀ ਦਿਖਾਉਣ ਲੱਗ ਜਾਂਦਾ ਜੇ ਲਾਪਰੀ ਤੈਨੂੰ ਬੁਲਾਉਂਦਾ ਉਹਦੇ ਨਾਲ ਗੱਲਾਂ ਮਾਰਨ ਲੱਗ ਜਾਂਦਾ ਜੇ ਆਹੀ ਹਾਲ ਰਿਹਾ ਨਾ ਤਾਂ ਤੈਨੂੰ ਮੇਰੇ ਬਾਰੇ ਵੀ ਝੂਠ ਬੋਲਣਾ ਪਿਆ ਕਰੂ ਵੀ ਦੋਨੇ ਕੁੜੀਆਂ ਹੈ ਨਹੀਂ ਘਰੇ ਪਰ ਜੁੱਜੀ ਜਾਇਆ ਕਰੀ ਇਕੱਲੇ ਨਾਲ ਨਹੀਂ ਫਿਰ ਤੁਸੀਂ ਇਹਨੂੰ ਕੰਮ ਨੂੰ ਇਹ ਜਵਾਬ ਦੇ ਦਿਓ ਪਰ ਰਹਿਣ ਦਿਓ ਭਾਈ ਦਾਦੇ ਮੰਗਾਵੇ ਖੜ ਕੇ ਕੰਜਰ ਖਾਣਾ ਕੰਮ ਨੂੰ ਜਵਾਬ ਨਹੀਂ ਦੇਣਾ ਹੈਗਾ ਤੂੰ ਹੁਣ ਮੇਰੀ ਗੱਲ ਸੁਣ ਉਹਨੂੰ ਜਾ ਕੇ ਐਂ ਕਹਿੰਦੇ ਵੀ ਲਾਪਰੀ ਤਾਂ ਕੱਲ ਨੂੰ ਆਊਗੀ ਅੱਜ ਨਹੀਂ ਆਉਂਦੀ ਹੈਗੀ ਵਗ ਜੂਗਾ ਨਹੀਂ ਸੰਧਾਰਾ ਇੱਥੇ ਬੈਠਾ ਰਹੂ ਹੱਥ ਤੱਕ ਚੱਲ ਕਹਿ ਦਿੰਦੀ ਹਾਂ ਕੀ ਜਾ ਉਹਨੂੰ ਉੱਥੇ ਬਿਠਾਉਣ ਲਈ ਤਿਆਰ ਹੋ ਜਾਏ ਮੰਮੀ ਵੀ ਨਾ ਪੁੱਠੀਆਂ ਗੱਲਾਂ ਹੀ ਕਰਦੀ ਹੁੰਦੀ ਵੀ ਜਿਹੜਾ ਕੰਮ ਤੈਨੂੰ ਕਿਹਾ ਤੂੰ ਉਹ ਕਰ ਲੈ ਬੇ ਭਾਈ ਮੇਰੇ ਤਾਂ ਨਾ ਗੱਲ ਦਿਮਾਗ 'ਚੋਂ ਨਿਕਲ ਗਈ ਉਹ ਤਾਂ ਅੱਜ ਆਉਂਦੀ ਨਹੀਂ ਹੈਗੀ ਕਿਉਂ ਕਾਹਤੋਂ ਕੀ ਹੋ ਗਿਆ ਨਾ ਤੂੰ ਕਿਉਂ ਇਹ ਚੌਕਿਆਗਾ ਉਹ ਤਾਂ ਰਿਸ਼ਤੇਦਾਰੀ 'ਚ ਗਈ ਹੈ ਅੱਛਾ ਜੀ ਉਹ ਮੈਂ ਤਾਂ ਕਰਕੇ ਆਇਆ ਉਹ ਹੋ ਗਿਆ ਜੀ ਵੀ ਉਹਦੇ ਸਾਈਨ ਜ਼ਰੂਰੀ ਸੀ ਜੀ ਅੱਜ ਤਾਂ ਡਾਕਟਰ ਸਾਹਿਬ ਨੂੰ ਦਿਖਾਉਣੀ ਸੀ ਭਲਾ ਜੀ ਸਾਈਨ ਉਹ ਤਾਂ ਭਾਈ ਕੱਲ ਨੂੰ ਆਊਗੀ ਅੱਛਾ ਜੀ ਚਲ ਫਿਰ ਕੱਲ ਤੱਕ ਕਰ ਲੈਂਦੇ ਹਾਂ ਬੇਟੇ ਉਹਦੇ ਜਵਾਬ ਦੀ ਜਵਾਬ ਦੀ ਕੀ ਜਵਾਬ ਜੀ ਮੈਂ ਤਾਂ ਸਾਈਨ ਕਿਹਾ ਜੀ ਵੀ ਸਾਈਨਾਂ ਦੀ ਕਦੋਂ ਤੂੰ ਜਵਾਬ ਕਿਹਾ ਜਵਾਬ ਦੇ ਇੰਤਜ਼ਾਰ ਕਰ ਲੈਂਦੇ ਜਵਾਬ ਕਹਿਤਾ ਜੀ ਉਹ ਪਤਾ ਨਹੀਂ ਜੀ ਫਿਰ ਮੈਂ ਤਾਂ ਸਾਈਨ ਕਹਿੰਦਾ ਸੀ ਜੀ ਸਾਈਨਾਂ ਦੀ ਚੱਲ ਕੋਈ ਨਾ ਕੱਲ ਨੂੰ ਆ ਜੀ ਫਿਰ ਠੀਕ ਹੈ ਜੀ ਚੰਗਾ ਜੀ ਕੱਲ ਨੂੰ ਆ ਜਾਓ ਜੀ ਪੱਕਾ ਆਹੋ ਆ ਜੂਗੀ ਠੀਕ ਹੈ ਜੀ ਚੰਗਾ ਜੀ ਮੈਨੂੰ ਲੱਗਦਾ ਗੱਲ ਕੁੜੀਆਂ ਦੀ ਸੱਚੀ ਆ ਹੈ ਪਾਗਲੇ ਆ ਕਹਿ ਕੇ ਜਵਾਬ ਕਹਿੰਦਾ ਮੈਂ ਸਾਈਨ ਕਿਹਾ ਸੀ ਸੱਚੀ ਹੋਣਾ ਕੋਈ ਬਿਮਾਰੀ ਲੱਗ ਰਹੀ ਹੋਵੇ ਇਹਨੂੰ ਕਮਾਲ ਦੀ ਗੱਲ ਆ ਯਾਰ ਤੜਕੇ ਤਾਂ ਘਰੇ ਸੀ ਹੁਣ ਕਹਿੰਦੇ ਰਿਸ਼ਤੇਦਾਰੀ 'ਚ ਬਾਗੀ ਮੈਂ ਤਾਂ ਬਹਾਨਾ ਜਾ ਵੀ ਮਾਰਿਆ ਮਹਾ ਖਬਰ ਹੈ ਚੱਲ ਸੋਚਣ ਲੱਗੇ ਟਾਈਮ ਲੈਂਦੀ ਹੋਣੀ ਹੈ ਨਾ ਚੱਲ ਕੋਈ ਨਾ ਇੰਨੀ ਸੋਹਣੀ ਹੋਣ ਦਾ ਇੰਨਾ ਕਮਾਣ ਤਾਂ ਬਣਦਾ ਹੈ ਸੋਚ ਲੈਣਾ ਤੇ ਚੱਲ ਕੱਲ੍ਹ ਨੂੰ ਆਊਂਗਾ ਲਾਪਰੀਤ ਆ ਜਾ ਬਾਰੇ ਵਗ ਗਿਆ ਉਹ ਸੰਧਾਰਾ ਤੇਰਾ ਜਿਹੜਾ ਮੱਥੇ ਲਾਇਆ ਨਾ ਮੇਰੀ ਗੱਲ ਸੁਣ ਹੁਣ ਲੁਕਦੀਆਂ ਫਿਰਦੀਆਂ ਉਹ ਪਰ ਇਹਨੂੰ ਕੰਮ ਨੂੰ ਇਹ ਨਹੀਂ ਛੱਡਿਆ ਜਾਂਦਾ ਇਹ ਜਿਹਨੂੰ ਕੀ ਜ਼ਰੂਰਤ ਹੈਗੀ ਕਿੱਥੋਂ ਹੀ ਬਲਾ ਗਲ ਪਾਈ ਹੈਗੀ ਮੰਮੀ ਕੰਮ ਤਾਂ ਚੱਲ ਵਧੀ ਹੈ ਚਾਰ ਪੈਸੇ ਆਉਂਦੇ ਆ ਪਰ ਸੰਧਾਰਾ ਰੋਜ਼ ਆਉਣ ਦਾ ਕੀ ਕੰਮ ਇਹਦਾ ਰੋਟੀ ਤੇ ਭਰਾ ਨੇ ਲਵਾਈ ਹੈਗੀ ਭੇਜ ਹੋ ਇਹਨੂੰ ਦਿੰਦਾ ਨਹੀਂ ਫਿਰ ਉਹੀ ਆ ਜਾ ਕਰੇ ਤੇਰਾ ਭਰਾ ਹੀ ਚੱਲ ਮੇਰੀ ਗੱਲ ਸੁਣ ਛੱਡ ਖੜਾ ਤੂੰ ਆ ਸਾਈਨ ਸੁਣ ਜੇ ਤਾਂ ਦੇਖ ਕਰਨੇ ਪੈਣਗੇ ਜਿਹੜੇ ਉਹ ਕਹਿੰਦਾ ਕੱਲ੍ਹ ਨੂੰ ਸਾਈਨ ਕਰਦੀ ਰੋਟੀ ਪਕਾ ਕੇ ਧਰ ਦਿਆ ਕਰੋ ਤਿਆਰ ਕਰਕੇ ਅੰਦਰ ਰਿਹਾ ਕਰੋ ਦੋ ਜਣੀਆਂ ਮੈਂ ਤੇ ਤੇਰੀ ਮਾਸੀ ਆਪੇ ਫੜਾਇਆ ਕਰਾਂਗੇ ਟਿਪਣਾ ਨਾ ਸਾਈਨ ਕਾਹਦੇ ਕਰਾਉਣ ਨੂੰ ਫਿਰਦਾ ਉਹ ਪਤਾ ਨਹੀਂ ਭਾਈ ਕਾਹਦੇ ਸਾਈਨ ਸੁਣ ਹੋਣਗੇ ਕਹਿੰਦਾ ਮੇਰੀ ਗੱਲ ਸੁਣ ਲੈ ਮੰਮੀ ਮੈਨੂੰ ਤਾਂ ਨਾ ਇੱਥੇ ਸ਼ੱਕ ਹੋ ਰਿਹਾ ਕਿਤੇ ਇਹ ਨਾ ਹੋਵੇ ਉਹਨਾਂ ਨਾਲ ਰਲ ਕੇ ਬਾਹਰੋਂ ਬਾਰੇ ਜ਼ਮੀਨ ਨਾਮ ਕਰਵਾ ਲਿਆ ਆਪਦੇ ਇਹੋ ਜਿਹੇ ਕਿਹੜੇ ਕਾਗਜ਼ ਨੇ ਜਿਨ੍ਹਾਂ ਦੇ ਸਾਈਨ ਹੁੰਦੇ ਨੇ ਰੋਟੀ ਭੇਜ ਦੇ ਆਪਾਂ ਦੱਸ ਕੀ ਭੇਜਦੇ ਉੱਥੇ ਗੱਲ ਤਾਂ ਭਾਈ ਇਹਦੀ ਠੀਕ ਆ ਐਵੇਂ ਸਾਈਨ ਥੋੜੀ ਹੁੰਦੇ ਹੁੰਦੇ ਨੇ ਤੁਹਾਡੀ ਮਰਜ਼ੀ ਤੋਂ ਬਿਨਾ ਮਾਂ ਦੀ ਮਰਜ਼ੀ ਤੋਂ ਬਿਨਾ ਮੈਂ ਜ਼ਮੀਨ ਕਿਵੇਂ ਨਾਮ ਕਰਵਾ ਲੂੰਗੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਬਹੁਤ ਕੁਝ ਹੋ ਜਾਂਦਾ ਹੁਣ ਤਾਂ ਫਿਰ ਉਹ ਸਾਈਨ ਕਾਹਦੇ ਮੰਗਦਾ ਉਹੀ ਤਾਂ ਹੈ ਕੀ ਪਤਾ ਉਹ ਭਾਈ ਆ ਇਹਦਾ ਉਹੀ ਕੋਈ ਕਾਗਜ਼ ਭੇਜ ਦੇਵੇ ਦੇਖ ਭਾਈ ਪਤਾ ਤਾਂ ਦੁਨੀਆ ਦਾ ਲੱਗਦਾ ਨਹੀਂ ਦੁਨੀਆ ਬਹੁਤ ਬੇਈਮਾਨ ਹੋ ਰਹੀ ਹੈ ਬਹੁਤ ਮੂਹਰੇ ਤੁੱਕ ਜਾ ਰਹੀ ਹੈਗੀ ਹੈ ਪਰ ਆਪਦਾ ਹਿਸਾਬ ਨਾਲ ਰਿਹਾ ਕਰੋ ਅੰਦਰੇ ਰਿਹਾ ਕਰੋ ਅਸੀਂ ਤਾਂ ਆਪ ਹੀ ਕਰ ਲਿਆ ਕਰਾਂਗੇ ਕੰਮ ਹੋਰ ਹੁਣ ਟੀਪ ਨੇ ਫੜਾਉਣਾ ਉਹਨੂੰ ਮੈਂ ਫੜਾ ਦਿਆ ਕਰੂ ਤੇਰੀ ਮਾਸੀ ਫੜਾ ਦਿਆ ਕਰੂਗੀ ਟਿਪਣ ਫੜਾਉਣ ਦਾ ਹੱਕ ਤਾਂ ਤੇਰਾ ਹੀ ਆ ਨਾ ਕੁੜੀ ਨੂੰ ਗੇਟ 'ਚ ਭੇਜਿਆ ਕਰ ਨਾ ਇਹਨੂੰ ਭੇਜਿਆ ਕਰ ਮਾਸੀ ਉਹ ਤਾਂ ਟਿਫਨ ਫੜਦਾ ਨਹੀਂ ਹੈਗਾ ਜੇ ਮੈਂ ਫੜਾਉਣ ਜਾਂਦੀ ਹਾਂ ਕੋਈ ਕੋਣੀ ਭੇਜ ਦਿਓ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕੀ ਖਿਚੜੀ ਪਕਾਈ ਜਾਂਦੇ ਦੋਨੇ ਜਣੇ ਸੱਚ ਪੁੱਛੇ ਨਾ ਮੈਨੂੰ ਤਾਂ ਉਹ ਠਰਕੀ ਲੱਗਦਾ ਮਾਸੀ ਨਾਲੇ ਹੁਣ ਮੈਂ ਤਾਂ ਉਹਨੂੰ ਨਾ ਇਹ ਕਹੂੰਗੀ ਵੀ ਭਾਈ ਤੂੰ ਟਿਫਨ ਜਦੋਂ ਰੋਟੀ ਲੈਣ ਆਉਣਾ ਨਾਲ ਹੀ ਲਿਆ ਕਰ ਉਹਨੂੰ ਕਿਹੜਾ ਜ਼ਰੂਰੀ ਹੈਗਾ ਵੀ ਦੋ ਦੋ ਗੇੜੇ ਮਾਰਨੇ ਸਹੀ ਗੱਲ ਆ ਮੰਮੀ ਤੇਰੀ ਤਾਂ ਬਹਾਨਾ ਹੀ ਭਾਲਦਾ ਘਰੇ ਆਉਣ ਹੋਰ ਕੀ ਹੁਣ ਚਾਚੇ ਦੇ ਮੁੰਡੇ ਦੀ ਟੈਨਸ਼ਨ ਹੋ ਰਹੀ ਆ ਵੀ ਉਹਨੂੰ ਅਕਲ ਨਹੀਂ ਹੈ ਕਿ ਬਗਾਨੇ ਮੁੰਡੇ ਨੂੰ ਘਰੇ ਭੇਜ ਦਿੰਦਾ ਨਹੀਂ ਹੁਣ ਤਾਂ ਮੈਨੂੰ ਵੀ ਤੇਰੀਆਂ ਗੱਲਾਂ ਸੁਣ ਕੇ ਸ਼ੱਕ ਜਾ ਹੋਣ ਲੱਗ ਗਿਆ ਤੂੰ ਹੁਣ ਉਰੀ ਖੜੀ ਰਹੇਗੀ ਕੰਮ ਧੰਦਾ ਵੀ ਦੇਖੇਂਗੀ ਨਾ ਦਾਲ ਸਬਜ਼ੀ ਧਰੇਂਗੀ ਕਾਸੀ ਦੀ ਕਿ ਬਚ ਗਈ ਉਹ ਨਹੀਂ ਉਹ ਤਾਂ ਮੈਂ ਸਾਰੀ ਪਾਤੀ ਸੀਗੀ
चार जने की रोटी तो जाती है दाल सब्जी हिसाब न पा दया कर मिणके पा दया कर कौली मम्मी मेरा वीर तो ऐसा कहता है पैसे तो थोड़ा चार जने देवे रोटी तो सारी तीन या दो दी जाती है टिफिन एक होर लिया दो घटो घट रज तो जाया कर हले है एडा वा टिफिन है छोटा है चल मेरी गल सुन लै तू तो रो सब्जी धर दी जो ओरी बद धर लिया कर दो बारी पतीला चढ़ा कोई जरूरी नहीं है कमाने वाला नहीं कोई होर मम्मी ये तो अपने घर में घाटा भालती है नहीं बंदा होंगे सौ कुछ उसी करता ये घट जेब च लगने ने उही तो गल हैगी गल नहीं आन दी देख ला कितने भैने जीभ तो एड्डी गिठ दी है लातर लातर चलती हैगी ना माड़ी मोटी संघ शर्म मने नहीं मम्मी मैं तेन पहला की गल दसा इतने बैठी सी वेली मैं क्या पता नहीं कि सोचा च पे पी आ मैं बुलाई नहीं आ आखिर मैं नहीं ब्याह करा मैं नहीं ब्याह करा ब्याह के ख्याल च खोई बैठी है नहीं मैं मर जा नहीं तू ओनू ए कहती दो ता खा गई और तीजे नू केड़े नू खाने की तैयारी कर ना तेरा भाई तो मानता नहीं कहते ऐसी भी वह टूटिया बाहों गल जिंदरे पेंदे आए कहा भी कर दो भरा नाले अपने मगरों लें तेन ये गल कहनी मासी तेन भी तो मम्मी तेन भी यह ना हो बाद चो तुम हाथे हाथ करके बैठ जाओ अगली कोई कारा कर जे निगा रख लो माड़ी मोटी जो कोई चज का मुंडा लभदा तो लभ लो खेड़ा छुट्टू कि खेड़ा छुट्टा